ਸਤਨਾਮ ਧੰਨਵਾਦ ਗੁਰੂ ਸਾਹਿਬ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹਨਾਂ ਵੱਲੋਂ ਖਾਲਸਾ ਜੀ ਦੀ ਸਿਰਜਣਾ ਨੂੰ ਸਮਰਪਿਤ ਔਰ ਹੋਲੇ ਮਹੱਲੇ ਦੇ ਪੁਰਬ ਦੇ ਸਬੰਧ ਵਿੱਚ ਇਹ ਵਿਸ਼ੇਸ਼ ਗੁਰਮਤ ਦੀਵਾਨ ਆਪ ਜੀ ਹਾਜ਼ਰੀ ਭਰ ਰਹੇ ਹੋ। ਆਓ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਆਪ ਜੀ ਨਾਲ ਕੁਛ ਗੁਰਮਤ ਵਿਚਾਰਾਂ ਦੀ ਸਾਂਝ ਪਾ ਸਕਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਭਾਈ ਸਾਹਿਬ ਜੀ, ਸਤਿਗੁਰੂ ਜੀ ਦੀ ਇਲਾਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਾ ਰਹੇ ਸਨ। ਹਿੰਦੁਸਤਾਨ ਦੀ ਧਰਤੀ ਤੇ ਇੱਕ ਸਾਲ ਵਿੱਚ 6 ਰੁੱਤਾਂ ਆਉਂਦੀਆਂ ਨੇ ਤੇ ਕੁਝ ਤਿਉਹਾਰ ਐਸੇ ਨੇ ਜਿਹੜੇ ਰੁੱਤਾਂ ਦੀ ਤਬਦੀਲੀ ਦੇ ਨਾਲ ਸੰਬੰਧਿਤ ਨੇ। ਉਹਨਾਂ ਵਿੱਚੋਂ ਖਾਸ ਕਰਕੇ ਜੋ ਹਿੰਦੁਸਤਾਨ ਦੇ ਪੁਰਾਤਨ ਲੋਕ ਹੋਲੀ ਦਾ ਤਿਉਹਾਰ ਮਨਾਉਂਦੇ ਸਨ, ਇੱਕ ਤਾਂ ਇਹ ਮੌਸਮੀ ਤਿਉਹਾਰ ਸੀ ਤੇ ਦੂਸਰਾ ਇਸ ਦਾ ਸੰਬੰਧ ਪ੍ਰਹਿਲਾਦ ਦੇ ਜੀਵਨ ਵਿੱਚ ਵਾਪਰੀ ਕੋਈ ਘਟਨਾ ਦੇ ਨਾਲ ਵੀ ਸੀ। ਹੁਣੇ ਭਾਈ ਸਾਹਿਬ ਪੜ੍ਹ ਕੇ ਗਏ, ਮੈਂ ਸਿਰਫ 2-3 ਬੇਨਤੀਆਂ ਕਰਾਂਗਾ ਸਮੇਂ ਵਿੱਚ ਰਹਿ ਕੇ। ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾਂ ਪਾਠ ਕਰਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਚ ਬਹੁਤ ਜ਼ਿਆਦਾ ਪੁਰਾਣਿਕ ਘਟਨਾਵਾਂ ਦਾ ਬਹੁਤ ਥਾਈਂ ਜ਼ਿਕਰ ਕੀਤਾ ਗਿਆ, ਜਿਵੇਂ ਪ੍ਰਹਿਲਾਦ ਦੀ ਘਟਨਾ ਦਾ ਜ਼ਿਕਰ ਹੈ, ਧਰੂ ਦੀ ਘਟਨਾ ਦਾ ਜ਼ਿਕਰ ਹੈ, ਗਨਕਾ ਦਾ
ਅਜ਼ਾਮਲ ਦਾ ਹਾਥੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਉਂਦਾ, ਪਰ ਉਹਨਾਂ ਸ਼ਬਦਾਂ ਨੂੰ ਜੇ ਧਿਆਨ ਨਾਲ ਪੜ੍ਹੀਏ ਤੇ ਦੋ ਗੱਲਾਂ ਬੜੀਆਂ ਸਪਸ਼ਟ ਹੁੰਦੀਆਂ। ਇੱਕ ਤਾਂ ਬੀਤੇ ਹੋਏ ਘਟਨਾ ਕਰਮ ਪ੍ਰਭੂ ਪਿਆਰੇ ਭਗਤਾਂ ਦੇ ਜੀਵਨ ਦੇ ਵਰਤਾਂਤ ਪਾਸਟ ਦਾ ਜ਼ਿਕਰ ਕੀਤਾ, ਬੀਤੇ ਹੋਏ ਦਾ ਜ਼ਿਕਰ ਕਰਕੇ ਫਿਰ ਪ੍ਰੈਜੈਂਟ ਆਪਾਂ ਵਰਤਮਾਨ ਆਪਾਂ ਕਿਵੇਂ ਜੀਣਾ ਗਏ ਫਿਰ ਉਹਦਾ ਜ਼ਿਕਰ ਕੀਤਾ। ਫਿਰ ਸ਼ਬਦ ਧਿਆਨ ਨਾਲ ਸੁਣਿਓ, ਇੱਕ ਤਾਂ ਬੀਤੇ ਹੋਏ ਦਾ ਜ਼ਿਕਰ ਹੈ ਪਰ ਉਸ ਬੀਤੇ ਹੋਏ ਨੂੰ ਵਰਤਮਾਨ ਨਾਲ ਜੋੜ ਕੇ ਅਰਥ ਕੀਤੇ। ਇੱਕ ਸ਼ਬਦ ਦਾਸ ਬੇਨਤੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਦੇ ਸੋਰਠ ਰਾਗ ਵਿੱਚ, ਤੇ ਉਸ ਪਵਿੱਤਰ ਸ਼ਬਦ ਦੇ ਅੰਦਰ ਜਿਤਨੀਆਂ ਉਦਾਹਰਣਾਂ ਨੇ ਉਹ ਬੀਤੇ ਹੋਏ ਘਟਨਾ ਕਰਮ ਨੇ, ਪਰ ਉਸ ਬੀਤੇ ਵਿੱਚੋਂ ਦੱਸਿਆ ਵੀ ਤੂੰ ਵਰਤਮਾਨ ਵਿੱਚ ਕਿਵੇਂ ਜੀਏ। ਮਹਾਰਾਜ ਜੀ ਦੇ ਬਚਨ ਨੇ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਇਸ ਵਿੱਚ ਇੱਕ ਇੱਕ ਤੁਕ ਦਾ ਪੁਰਾਣਿਕ ਘਟਨਾਵਾਂ ਦਾ ਜ਼ਿਕਰ, ਤੇ ਪਰ ਨਾਲ ਹੀ ਇਸ ਦੇ ਉਹਨਾਂ ਕਿਰਪਾ ਕੀਤੀ ਵਰਤਮਾਨ ਵਿੱਚ ਇਹਦੇ ਤੋਂ ਸਿੱਖਿਆ ਕੀ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਇਹ ਬੀਤੀ ਕੋਈ ਇੱਕ ਘਟਨਾ ਹੈ ਕਿ ਜਿਸ ਦਾ ਸਿਮਰਨ ਕਰਕੇ ਗਨਕਾ ਵਰਗੀ ਵੇਸ਼ਵਾ ਦਾ ਉਧਾਰ ਹੋ ਗਿਆ। ਤੂੰ ਰੋਜ਼ ਘਟਨਾ ਪੜ੍ਹਨੇ, ਇੱਕ ਕੰਮ ਕਰ, ਜੇ ਉਹਦੇ ਪਾਪਾਂ ਦਾ ਹਾਰ ਟੁੱਟ ਸਕਦਾ ਤੇ ਪਰਮਾਤਮਾ ਦੀ ਸ਼ਰਨ ਵੀ ਚਲਾ ਜਾ, ਪਾਪ ਤੇਰੇ ਵੀ ਖਤਮ ਹੋ ਜਾਣ। ਮਤਲਬ ਬੀਤੀ ਕੋਈ ਘਟਨਾ ਤੋਂ ਅਸੀਂ ਕੀ ਸਿੱਖਣਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰ ਧਾਰੋ, ਤੂੰ ਉਸ ਜਸ ਨੂੰ ਹਿਰਦੇ ਵਿੱਚ ਵਸਾ। ਅਟਲ ਭਇਓ ਧਰੂ ਜਾਂ ਕਹਿ ਸਿਮਰਨ, ਅਰ ਨਿਰਭੈ ਪਦ ਪਾਇਆ। ਬਾਬਾ ਜੀ ਕਹਿੰਦੇ ਦੁੱਖ ਹਰਤਾ ਇਹ ਵਿਧ ਕੋ ਸਵਾਮੀ ਤੈ ਕਾਹੇ ਬਿਸਰਾ ਹੈ। ਤੂੰ ਕਿਉਂ ਨੀ ਚੇਤੇ ਕਰਦਾ ਜਿਸ ਧਰੂ ਦੀ ਘਟਨਾ ਰੋਜ਼ ਤੂੰ ਸੁਣਾਉਣਾ। ਅਗਲਾ ਬਚਨ, ਹਜ਼ੂਰ ਨੇ ਫਰਮਾਇਆ, ਜਬ ਹੀ ਸ਼ਰਨ ਗਈ ਕਿਰਪਾ ਨਿਧ, ਗਜ ਗਰਾਹ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ। ਇਹ ਵੀ ਘਟਨਾ ਪੁਰਾਤਨ ਹੈ। ਅਗਲੇ ਸ਼ਬਦ ਨੇ ਅਜ਼ਾ ਮਲ ਪਾਪੀ ਜਗ ਜਾਣੈ, ਸਾਰੀ ਦੁਨੀਆਂ ਨੂੰ ਪਤਾ ਕਿ ਅਜ਼ਾ ਮਲ ਨੇ ਪਾਪ ਕੀਤੇ। ਅਜ਼ਾ ਮਲ ਪਾਪੀ ਜਗ ਜਾਣੈ, ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰ। ਹੁਣ ਦੇਖੋ ਚਾਰੇ ਘਟਨਾਵਾਂ ਦਾ ਜ਼ਿਕਰ ਕਰਕੇ ਅਸੀਂ ਕਿਵੇਂ ਜ਼ਿੰਦਗੀ ਜੀਣੀ ਹੈ ਵਰਤਮਾਨ ਵਿੱਚ। ਉਹਦੇ ਵਿੱਚੋਂ ਸਾਨੂੰ ਬੀਤੇ ਹੋਏ ਵਿੱਚੋਂ ਵਰਤਮਾਨ ਜੀਣ ਦਾ ਤਰੀਕਾ ਦੱਸ ਦਿੱਤਾ ਵੀ ਜੇ ਉਹ ਤਰ ਗਏ ਆਪਾਂ ਬੰਦਗੀ ਕਰੀਏ। ਇਸੇ ਤਰ੍ਹਾਂ ਪ੍ਰਹਿਲਾਦ ਦੀ ਘਟਨਾ, ਕਿਉਂਕਿ ਕਈ ਵਾਰੀ ਸੱਜਣ ਜਦੋਂ ਇਹਨਾਂ ਘਟਨਾਵਾਂ ਦਾ ਕਥਾ ਕਰਦਿਆਂ ਕੀਰਤਨ ਕਰਦਿਆਂ ਕੋਈ ਵਿਆਖਿਆਕਾਰ ਜ਼ਿਕਰ ਕਰਦਾ ਤੇ ਸੱਚੀ ਗੱਲ ਇਹ ਕਈ ਸਾਡੇ ਸੱਜਣ ਸਰੋਤੇ ਸੁਣਨ ਵਾਲੇ ਦਬਵੀਂ ਜ਼ਬਾਨ ਵਿੱਚ ਕਹਿੰਦੇ ਨੇ ਕਿ ਦੇਖੋ ਜੀ ਇਹ ਤਾਂ ਪੁਰਾਣੀਆਂ ਘਟਨਾਵਾਂ ਨੇ, ਇਹ ਕਿਹੜਾ ਤੁਸੀਂ ਮਥਿਆ ਸ਼ੁਰੂ ਕਰ ਦਿੱਤਾ। ਮੈਂ ਇੱਕ ਬੇਨਤੀ ਕਰਾਂਗਾ ਕਿ ਜਦੋਂ ਇਹਨਾਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਜਿਸ ਬੰਦੇ ਦੇ ਅੰਦਰ ਦੁਬਧਾ ਪੈਦਾ ਹੋ ਜਾਏ, ਤਾਰਕਕ ਬਣ ਜਾਏ, ਇਹਦਾ ਮਤਲਬ ਉਹਨੂੰ ਗੁਰੂ ਅਰਜੁਨ ਦੇਵ ਜੀ ਦਰਜ ਕੀਤੀ ਬਾਣੀ ਉੱਤੇ ਦੁਬਧਾ ਪੈਦਾ ਹੋ ਗਿਆ। ਅਸੀਂ ਕਿਵੇਂ ਵਾਹ ਕਰ ਸਕਦੇ ਹਾਂ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਹਨੂੰ ਪੜ੍ਹਨ ਤੋਂ ਬਿਨਾਂ ਤਾਂ ਆਸਾ ਕੀ ਵਾਰ ਮੁਕੰਮਲ ਨਹੀਂ ਹੁੰਦੀ। ਬੇਨਤੀ ਧਿਆਨ ਨਾਲ ਸੁਣ, ਖੋਲੀ ਦਾ ਸੰਬੰਧ ਪ੍ਰਹਿਲਾਦ ਨਾਲ ਵੀ ਮੰਨਿਆ। ਮੈਂ ਸਿਰਫ ਤਿੰਨ ਕੁ ਬੇਨਤੀਆਂ ਕਰਾਂਗਾ। ਜਦੋਂ ਕਿਸੇ ਅੰਦਰ ਸੱਚ ਪੈਦਾ ਹੁੰਦਾ ਉਹ ਉਮਰ ਦਾ ਮੁਸਾਜ ਨਹੀਂ ਹੁੰਦਾ। ਇਹ ਨਹੀਂ ਕਿ ਇੰਨੀ ਏਜ ਹੋਵੇਗੀ ਤਾਂ ਬੰਦਾ ਸੱਚ ਨੂੰ ਪ੍ਰਾਪਤ ਕਰੇਗਾ। ਇੱਕ 5 ਸਾਲ ਦੇ ਬੱਚੇ ਵਿੱਚ ਵੀ ਸੱਚ ਪੈਦਾ ਹੋ ਸਕਦਾ ਤੇ ਚੇਤੇ ਰੱਖਿਓ 90 ਸਾਲ ਦੇ ਬਜ਼ੁਰਗ ਵਿੱਚ ਵੀ ਸੱਚ ਪੈਦਾ ਹੋ ਸਕਦਾ। ਸੱਚ ਕਦੀ ਤਲੀਮ ਦਾ ਮੁਥਾਜ ਨਹੀਂ ਕਿ ਇੰਨੀਆਂ ਪੜ੍ਹਾਈ ਕਰਕੇ ਇੰਨੀਆਂ ਡਿਗਰੀਆਂ ਹੋਣਗੀਆਂ ਤਾਂ ਸੱਚ ਨੂੰ ਪ੍ਰਾਪਤ ਕਰਾਂਗੇ। ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਗੁਰਮਤ ਨੂੰ ਪੜ੍ਹਨ ਵਾਸਤੇ ਸਿਲੇਬਸ ਅਸੀਂ ਬਣਾਏ ਨੇ, ਪਰ ਆਤਮਕ ਜੀਵਨ ਦਾ ਤਾਂ ਕੋਈ ਸਿਲੇਬਸ ਨਹੀਂ। ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾ, ਕਈ ਜਾਗਦੇ ਵੀ ਖਾਲੀ ਰਹਿ ਜਾਂਦੇ ਨੇ, ਕਈ ਸੁੱਤਿਆਂ ਹੋਇਆਂ ਦੀ ਝੋਲੀ ਵਿੱਚ ਵੀ ਦਾਤ ਪੈ ਜਾਂਦੀ। ਬੇਨਤੀ ਧਿਆਨ ਨਾਲ ਸੁਣ ਕਿ ਸੱਚ ਜਿਹੜਾ ਉਹ ਤਲੀਮ ਦਾ ਮੁਥਾਜ ਨਹੀਂ।
ਕਿ ਇਹਨਾਂ ਪੜ੍ਹਿਆ ਲਿਖਿਆ ਹੋਵੇਗਾ ਤੇ ਤਾਂ ਸੱਚ। ਆਇਨਸਟਾਈਨ ਉਹਦੀ ਆਪਣੀ ਖੋਜ ਏ ਤੇ ਕਬੀਰ ਸਾਹਿਬ ਦੇ ਸ਼ਬਦ ਦੀ ਆਪਣੀ ਖੋਜ ਏ, ਉੱਥੇ ਤਲੀਮ ਦਾ ਤਾਂ ਜ਼ਿਕਰ ਹੀ ਕੋਈ। ਅਗਲੀ ਬੇਨਤੀ ਕਰਾਂ, ਸੱਚ ਕਦੀ ਜ਼ਾਤ ਤੇ ਬਰਾਦਰੀ ਦਾ ਮੁਥਾਜ ਨਹੀਂ। ਸੱਚ ਇਵੇਂ ਮੰਦਰ ਵਿੱਚ ਬੈਠਣ ਵਾਲਾ ਆਰਤੀ ਉਤਾਰਦਾ ਪਿਆ ਤੇ ਲੋਕਾਂ ਦੇ ਕੱਪੜੇ ਰੰਗਣ ਵਾਲਾ ਰੱਬ ਨਾਲ ਗੱਲਾਂ ਕਰਦਾ ਪਿਆ, ਅਸੀਂ ਸਾਰੇ ਜਾਣਦੇ। ਜਿਹੜਾ ਮੰਦਰ ਚ ਬੈਠਾ ਉਹਦੇ ਵੀ ਕਰਮ ਕਾਂਡ ਕਰ ਰਿਹਾ, ਪਰ ਲੋਕਾਂ ਦੇ ਜੋੜੇ ਸੀਣ ਵਾਲਾ ਜਿਹੜਾ ਰੱਬ ਉਹਦੇ ਨਾਲ ਬਾਤਾਂ ਕਰ ਰਿਹਾ। ਇੱਥੇ ਉਮਰ ਦਾ, ਜ਼ਾਤ ਦਾ, ਤਲੀਮ ਦਾ ਨਹੀਂ, ਪਰ ਜਿਸ ਵਿੱਚ ਸੱਚ ਪੈਦਾ ਹੋ ਜਾਏ, ਚੇਤੇ ਰੱਖੋ ਸੰਸਾਰ ਦੇ ਰਿਸ਼ਤੇ ਦੀਆਂ ਮੋਹ ਦੀਆਂ ਤੰਦਾਂ ਵੀ ਤੋੜ ਦਿੰਦਾ। ਗੱਲ ਤਾਂ ਸਿਰਫ ਪ੍ਰਹਿਲਾਦ ਦੀ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਇੱਕ ਬਚਨ ਕੇ, ਮੈਂ ਦੋ ਸ਼ਬਦ ਕਹਿਣੇ ਨੇ, ਇੱਕ ਹੋਲੀ ਤੇ ਦੂਜਾ ਖੋਲਾ ਮਹੱਲਾ। ਜੇ ਖਾਲਸਾ ਜੀ ਦਾ ਜ਼ਿਕਰ ਕਰਾਂਗੇ ਤੇ ਬਹੁਤ ਟਾਈਮ ਚਾਹੀਦਾ। ਸਿੱਖ ਹੈ, ਸਿੱਖ ਵਿੱਚੋਂ ਸਿੰਘ ਹੈ ਤੇ ਸਿੰਘ ਵਿੱਚੋਂ ਫਿਰ ਖਾਲਸਾ ਸਿਰਜਿਆ ਜਾਂਦਾ। ਇਸੇ ਤਰ੍ਹਾਂ ਸਿੱਖ ਕੌਣ ਹੈ, ਸਿੰਘ ਕਿਸ ਨੂੰ ਕਹਿੰਦੇ ਤੇ ਖਾਲਸਾ ਕੀ ਹੈ। ਮੈਂ ਸਿਰਫ ਟਿਊਕ ਮਾਤਰ ਬੇਨਤੀ ਕਰਾਂਗਾ, ਸਨਮਾਨਯੋਗ ਭਾਈ ਸਾਹਿਬ ਬੈਠੇ ਨੇ, ਗੁਰਮੁਖ ਪਿਆਰੇ, ਭਾਵਨਾ ਸ਼ਰਧਾ ਵਾਲੇ, ਇਹ ਨਹੀਂ ਕਿ ਇਸ ਕਰਕੇ ਕਦੀ ਸਟੇਜ ਤੇ ਮੈਂ ਕਿਸੇ ਦੀ ਝੂਠੀ ਖੁਸ਼ਾਮਦ ਨਹੀਂ ਕੀਤੀ। ਮੈਂ ਕਹਿੰਦਾ ਭਾਈ ਸਾਹਿਬ ਨੂੰ ਦਾਤੇ ਨੇ ਸਮਰੱਥਾ ਦਿੱਤੀ। ਉਹ ਲੋਕ ਜਿਨ੍ਹਾਂ ਨੇ ਕਦੀ ਸ਼ਬਦ ਵੀ ਨਹੀਂ ਸੀ ਪੜਿਆ, ਉਨ੍ਹਾਂ ਨੂੰ ਕਿੰਨੀਆਂ ਕਿੰਨੀਆਂ ਬਾਣੀਆਂ ਜ਼ਬਾਨੀ ਕੰਟੋ ਗਈ। ਅਨਮਤ ਵਾਲੇ ਲੋਕ ਵੀ ਆਪਣੇ ਹੱਥ ਨਾਲ ਵਾਹਿਗੁਰੂ ਗੁਰਮੰਤਰ ਲਿਖਣ ਲੱਗ ਪਏ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਦੇਖੋ ਸਿੱਖ ਉਹਦਾ ਅਰਥ ਸਟੂਡੈਂਟ ਨਹੀਂ, ਸਿੱਖ ਦਾ ਅਰਥ ਵਿਦਿਆਰਥੀ ਨਾ ਕਰੀਏ। ਬੇਨਤੀ ਸੁਣਿਓ, ਹੋ ਸਕਦਾ ਵੰਚਲਿਤ ਹੋਈਏ ਵੀ ਸ਼ਿਸ਼ ਵਿੱਚੋਂ ਸਿੱਖ ਨਿਕਲੇ। ਅੱਜ ਤੱਕ ਜਿੰਨੀ ਵਿਆਖਿਆ ਕੀਤੀ ਗਈ, ਸਿੱਖ ਮੀਨਜ਼ ਸ਼ਿਸ਼, ਸਿੱਖ ਮੀਨਜ਼ ਸਟੂਡੈਂਟ, ਨਹੀਂ। ਸਿੱਖ ਦਾ ਅਰਥ ਵਿਦਿਆਰਥੀ ਨਹੀਂ, ਸਿੱਖ ਦਾ ਅਰਥ ਹੈ ਉਹ ਅੰਦਰ, ਜਿਸ ਅੰਦਰ ਨੂੰ ਗੁਰੂ ਨਾਨਕ ਦੀ ਛੋਹ ਮਿਲ ਜਾਏ ਤੇ ਜਿਹਦੇ ਅੰਦਰ ਆਤਮਕ ਤੌਰ ਤੇ ਰੋਜ਼ਾਨਾ ਰੂਹਾਨੀਅਤ ਦੀ ਝੜੀ ਲੱਗਣ ਲੱਗ ਪਏ, ਉਹ ਹੀ ਗੁਰੂ ਨਾਨਕ ਦਾ ਸਿੱਖ। ਬੇਨਤੀ ਧਿਆਨ ਨਾਲ ਸੁਣ, ਇਸ ਨੂੰ ਧਿਆਨ ਨਾਲ ਸੁਣਿਓ। ਗੁਰੂ ਦੇ ਅਰਥ ਟੀਚਰ ਨਹੀਂ, ਟੀਚਰ ਕੋਈ ਵੀ ਹੋ ਸਕਦਾ, ਪਰ ਸਿੱਖੀ ਵਿੱਚ ਗੁਰੂ ਦੇ ਅਰਥ ਉਹ ਨੇ ਕਿ ਜਿਸ ਸਰਗੁਣ ਵਿੱਚ ਨਿਰਗੁਣ ਨੇ ਆਪਣਾ ਪ੍ਰਕਾਸ਼ ਕਰ ਦਿੱਤਾ। ਸਤਿਗੁਰ ਨਾਨਕ ਦੇਵਖ ਹੈ, ਨਿਰੰਕਾਰ ਆਕਾਰ ਬਣਾਇਆ। ਹੁਣ ਇਹਦੇ ਅਰਥ ਇਕੱਲੇ ਟੀਚਰ ਕਰਾਂਗੇ? ਟੀਚਰ ਤਾਂ ਉਹ ਵੀ ਸੀ ਜਿਹਨੇ ਬਾਬਾ ਜੀ ਨੂੰ ਪੱਟੀ ਪੜਾਈ, ਟੀਚਰ ਤਾਂ ਉਹ ਵੀ ਸੀ ਜਿਹੜਾ ਫਾਰਸੀ ਪੜਾਉਣ ਲੱਗ ਪਿਆ। ਪਰ ਇੱਥੇ ਗੁਰੂ ਦੇ ਅਰਥ ਕਰਾਂਗੇ ਕਿ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਉਸ ਤੋਂ ਅੱਗੇ ਸ਼ਬਦ ਆਵੇਗਾ ਸਿੰਘ, ਸਿੰਘ ਦਾ ਅਰਥ ਸ਼ੇਰ ਹੈ। ਵੈਸੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਲਈ, ਉਹਨਾਂ ਦੇ ਪ੍ਰਚਾਰ ਲਈ ਇੱਕ ਸ਼ਬਦ ਵਰਤਿਆ ਕਿ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ। ਵਿਸ਼ਰਾਮ ਇੱਥੇ ਕਿ ਜਦੋਂ ਸਿੰਘ ਬੁੱਕਿਆ ਮਿਰਗਾਵਲੀ ਭੰਨੀ ਜਾਏ ਦਾ ਅਰਥ ਦੌੜ ਗਈ। ਕਹਿਣ ਲੱਗੇ ਇੱਕ ਵਾਰੀ ਦਹਾੜ ਦਿੱਤੀ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਸ਼ੇਰ ਜਦੋਂ ਦਹਾੜਦਾ ਹੈ ਤੇ ਮਿਰਗਾਵਲੀ ਖਰਨਾ ਦੀਆਂ ਡਾਰਾਂ ਦੌੜ ਜਾਂਦੀਆਂ। ਇਹ ਗੱਲ ਯਾਦ ਰੱਖਿਓ, ਸ਼ੇਰ ਜਦੋਂ ਦਹਾੜਦਾ ਉਹ ਪਹਿਲਾ ਕਰਮ ਕੀ ਕਰਦਾ ਹੈ। ਮੈਂ ਇੱਥੇ ਜੇ ਇੱਕ ਇੱਕ ਦਿਨ ਆਪਾਂ ਬੋਲੀਏ ਸਿੱਖ ਸ਼ਬਦ ਤੇ ਕਈ ਦਿਨ ਬੋਲੀ ਜਾਓ, ਬੜਾ ਕੁਝ ਇਹਦੇ ਵਿੱਚੋਂ ਸਾਨੂੰ ਮਿਲੇਗਾ। ਦੂਸਰੀ ਬੇਨਤੀ, ਮੈਂ ਸ਼ਬਦ ਵਰਤਿਆ ਸਿੰਘ, ਜਦੋਂ ਸ਼ੇਰ ਘੁਰਨੇ ਚੋਂ ਨਿਕਲਦਾ, ਗਾਰ ਚੋਂ ਨਿਕਲਦਾ, ਪਹਿਲਾਂ ਆਪਣਾ ਸਰੀਰ ਛੰਡਦਾ, ਉਸ ਤੋਂ ਬਾਅਦ ਉਹ ਦਹਾੜਦਾ, ਦਹਾੜਨ ਤੋਂ ਬਾਅਦ ਸ਼ਿਕਾਰ ਕਰਦਾ, ਤੇ ਜਦੋਂ ਸਿੰਘ ਨਿਕਲਦਾ ਆਪਣੇ ਘਰ ਵਿੱਚੋਂ, ਚੇਤੇ ਰੱਖਿਓ ਪਹਿਲਾਂ ਆਪਣੀ ਕਿਰਿਆ ਨੂੰ ਆਤਮਕ ਤੌਰ ਤੇ ਸਰੀਰਕ ਤੌਰ ਤੇ ਸੋਚਦਾ ਛੰਡਦਾ ਹੈ, ਤੇ ਜਦੋਂ ਉਹ ਜਾਂਦਾ ਜੰਗ ਚ ਪਿੱਛੇ ਪਿੱਠ ਪਿੱਛੇ ਵਾਰ ਨਹੀਂ ਕਰਦਾ। ਸ਼ੇਰ ਦਹਾੜਦਾ ਕਿ ਮਜ਼ਲੂਮ ਹੈ ਕੋਈ ਦੌੜ ਜਾਏ, ਮੈਂ ਸ਼ਿਕਾਰ ਕਰਨ ਵਾਸਤੇ ਆ ਰਿਹਾ। ਜਦੋਂ ਸਿੰਘ ਜਕਾਰਾ ਬੁਲਾਉਂਦਾ ਚੇਤੇ ਰੱਖਿਓ, ਉਦੋਂ ਦੁਸ਼ਮਣ ਨੂੰ ਵੰਗਾਰਦਾ, ਉਹ ਦਹਾੜਦਾ। ਫਿਰ ਅੱਗੇ ਹੈ ਖਾਲਸਾ, ਖਾਲਸਾ ਤਾਂ ਬਿਲਕੁਲ ਅਭੇਦ ਹੈ, ਖਾਲਸਾ ਤਾਂ ਆਪ ਗੁਰੂ ਗੋਬਿੰਦ ਸਿੰਘ ਹੈ। ਆ ਜੋ ਤੁਸੀਂ ਉੱਤੇ ਦਿੱਤੀ ਹੈ ਤਸਵੀਰ, ਮੈਨੂੰ ਦੇਖ ਕੇ ਚੇਤੇ ਆ ਰਿਹਾ ਸੀ, ਜਦੋਂ ਇਹ ਅੰਮ੍ਰਿਤ ਦਿੱਤਾ ਗਿਆ ਉਦਨ ਗੁਰਦੇਵ ਬੋਲੇ, ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀ। ਇਹ ਕੱਲੀ ਰਸਮ ਨਹੀਂ, ਕਹਿਣ ਲੱਗੇ ਅੱਜ ਗੁਰੂ ਖਾਲਸਾ ਤੇ ਖਾਲਸਾ ਗੁਰੂ ਬਣ ਗਏ। ਪਰ ਚੇਤੇ ਰੱਖਿਓ, ਖਾਲਸਾ ਗੁਰੂ ਪਦ ਤੇ ਪਹੁੰਚਿਆ ਹੋਇਆ ਵੀ
ਗੁਰੂ ਗੋਬਿੰਦ ਸਿੰਘ ਨੂੰ ਆਪਣਾ ਮੁਰਸ਼ਦ ਜਾਣਦਾ ਤੇ ਆਪਣੇ ਆਪ ਨੂੰ ਸਿੱਖ ਹੀ ਜਾਣਦਾ। ਮੈਂ ਬੇਨਤੀ ਜਿਹੜੀ ਕਰਨ ਲੱਗਾ ਕਿ ਦੇਖੋ ਪ੍ਰਹਿਲਾਦ ਦੀ ਘਟਨਾ ਹੈ। ਕੱਲਰ ਵਿੱਚ ਭਾਈ ਗੁਰਦਾਸ ਕੇ ਸਾਹਿਬ ਕਹਿੰਦੇ ਕਮਲ ਦਾ ਫੁੱਲ ਪੈਦਾ ਹੋ ਗਿਆ। ਉਸ ਵਕਤ ਪ੍ਰਹਿਲਾਦ ਨੇ ਆਪਣੇ ਬਾਪ ਦਾ ਵਿਰੋਧ ਕੀਤਾ। ਜੇ ਯਾਦ ਰੱਖੋ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਖੂਨ ਦੇ ਰਿਸ਼ਤੇ ਉਹਨੇ ਨਹੀਂ ਜੇ ਨਿਭਦੇ ਜਿੰਨੇ ਵਿਚਾਰ ਦੇ ਰਿਸ਼ਤੇ ਨਿਭਦੇ। ਗੁਰਬਾਣੀ ਵਿੱਚ ਖੂਨ ਦੇ ਰਿਸ਼ਤੇ ਨੂੰ ਕੋਈ ਥਾਂ ਨਹੀਂ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਏ, ਪਰ ਇੱਥੇ ਵਿਚਾਰ ਦਾ ਰਿਸ਼ਤਾ ਹੈ ਕਿ ਸਿੱਖਾਂ ਪੁੱਤਰਾਂ ਘੋਕ ਹੈ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਧੋਸ ਤਾਂ ਲੈਣਾ ਟੇਕੇ। ਪੁੱਤਰ ਨਹੀਂ, ਖੂਨ ਦੇ ਰਿਸ਼ਤੇ ਨੂੰ ਥਾਂ ਨਹੀਂ, ਇੱਥੇ ਵਿਚਾਰ ਦਾ ਰਿਸ਼ਤਾ ਹੈ। ਵਿਚਾਰ ਮਿਲੇ ਤੇ ਖੂਨ ਨਾ ਵੀ ਮਿਲੇ ਤੇ ਸਿੱਖ ਭਾਈ ਭਾਈ ਕਹਿ, ਜੇ ਵਿਚਾਰ ਨਾ ਮਿਲਦੇ ਖੂਨ ਖੀਉਣ ਮਿਲਦਾ ਹੋਵੇ ਤੇ ਮਿਲਦਾ ਹੋਇਆ ਖੂਨ ਵੀ ਇੱਕ ਦੂਜੇ ਦਾ ਦੁਸ਼ਮਣ ਬਣ ਜਾਂਦਾ। ਹੁਣ ਹਰਨਾਕਸ਼ ਦੇ ਖੂਨ ਪ੍ਰਹਿਲਾਦ ਵਿੱਚ ਹੈ, ਪਰ ਖੂਨ ਦਾ ਰਿਸ਼ਤਾ ਤਿੜਕਿਆ। ਜਦੋਂ ਸੱਚ ਪੈਦਾ ਹੋਇਆ ਸਭ ਤੋਂ ਪਹਿਲਾਂ ਬੱਚੇ ਦਾ ਬ੍ਰੇਨ ਵਾਸ਼ ਕਰਨ ਲਈ ਦੋ ਟੀਚਰ ਰੱਖੇ, ਸੰਡਾ ਤੇ ਅਮਰਕ, ਅਸੀਂ ਸਾਰੇ ਪੜ੍ਹਦੇ। ਉਹਨਾਂ ਨੇ ਜ਼ੋਰ ਲਾਇਆ ਕਿ ਇਸ ਬੱਚੇ ਦੇ ਅੰਦਰੋਂ ਰਾਮ ਸ਼ਬਦ ਕੱਢ ਕੇ ਖਰਨਾਕਸ਼ ਵਾੜਿਆ ਜਾਏ। ਸੱਚ ਐਵੇਂ ਕਿ ਜਿਹੜੇ ਬ੍ਰੇਨ ਵਾਸ਼ ਕਰਨ ਆਏ ਉਹ ਹਾਰ ਗਏ, ਪਰ ਪ੍ਰਹਿਲਾਦ ਨੇ ਰਾਮ ਨਾਮ ਨਹੀਂ ਛੱਡਿਆ। ਉਸ ਤੋਂ ਬਾਅਦ ਮਾਂ ਦੀ ਮਮਤਾ, ਮਾਂ ਦੇ ਸੀਨੇ ਦਾ ਵਾਸਤਾ ਪਾਇਆ ਗਿਆ ਕਿ ਪੁੱਤਰ ਮੈਂ ਤੈਨੂੰ ਜਨਮ ਦਿੱਤਾ ਮੇਰੀ ਮਨ, ਤੂੰ ਆਪਣੇ ਬਾਪ ਦਾ ਨਾਮ ਜਪ, ਛੱਡ ਤੂੰ ਰਾਮ ਨਾਮ। ਉਸ ਬੱਚੇ ਨੇ ਕਿਹਾ ਮਾਂ ਦੁੱਧ ਤੇਰਾ ਚੁੰਘਿਆ ਹੈ ਪਰ ਨਾਮ ਗੁਰੂ ਨੇ ਦਿੱਤਾ ਹੈ, ਪਰ ਚੇਤੇ ਰੱਖੀ ਜੇ ਨਾਮ ਛੱਡ ਦਿੱਤਾ ਤੇ ਮੇਰੇ ਗੁਰੂ ਦੀ ਪੱਗ ਨੂੰ ਦਾਗ ਲੱਗ ਜਾਏ, ਮੇਰੇ ਗੁਰੂ ਦੀ ਕੁੱਲ ਨੂੰ ਗਾਹ ਲੱਗੇ। ਦੇਖੋ ਜਦੋਂ ਮਾਂ ਦੀ ਮਮਤਾ ਵੀ ਕੰਮ ਨਾ ਆਈ, ਫਿਰ ਤੀਜਾ ਤਰੀਕਾ ਵਰਤਿਆ, ਇਸ ਬੱਚੇ ਨੂੰ ਤਸੀਹੇ ਦਿੱਤੇ ਜਾਣ। ਗੁਰਬਾਣੀ ਮੁਤਾਬਕ ਪਾਣੀ ਵੀ ਸੱਟਿਆ, ਰੁੱਖ ਤੋਂ ਸੱਟਿਆ, ਪਹਾੜ ਤੋਂ ਸੱਟਿਆ, ਬਲਦੀ ਅੱਗ ਚ ਘੱਟਿਆ, ਪਰ ਪਰਮਾਤਮਾ ਦੀ ਐਸੀ ਖੇਡ ਵਾਪਰੀ ਨਾ ਪਾਣੀ ਡੋਬ ਸਕਿਆ, ਨਾ ਬ੍ਰਿਕਸ਼ ਖਤਮ ਕਰ ਸਕਿਆ, ਨਾ ਪਹਾੜ ਖਤਮ ਕਰ ਸਕਿਆ। ਸੱਚ ਐਵੇਂ ਦੇਵਤੇ ਦੇ ਵਰ ਵਾਲੀ ਘੋਲਕਾ ਜਲ ਕੇ ਭਸਮ ਹੋ ਗਈ ਤੇ ਰਾਮ ਨਾਮ ਜਪਣ ਵਾਲਾ ਅੱਗ ਵਿੱਚੋਂ ਵੀ ਕੁੰਦਨ ਬਣ ਕੇ ਨਿਕਲਾ ਹੈ। ਹੁਣ ਅਸੀਂ ਇਹ ਸ਼ਬਦ ਸਾਰੇ ਪੜ੍ਹਨੇ, ਸ਼ਾਇਦ ਭਾਈ ਸਾਹਿਬ ਇਹ ਹੀ ਪੜ੍ਹ ਰਹੇ ਸਨ ਕਿ ਸੰਡਾ ਮਰਕਾ ਜਾਏ ਪੁਕਾਰੇ, ਸੰਡਾ ਔਰ ਅਮਰਕ ਦੋਨੋਂ ਟੀਚਰ। ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਖਮਗੀ ਪਚਹਾਰੇ, ਰਾਮ ਕਹਿ ਕਰ ਤਾਲਪ ਜਾਵੇ, ਚਟਿਆ ਸਭੇ ਵਿਗਾਰੇ। ਰਾਮ ਨਾਮ ਜਪਵੋ ਕਰੇ, ਹਿਰਦੈ ਖਰਜੀ ਕੋ ਸਿਮਰਨ ਧਰੇ, ਅੱਗੇ ਬਚਨੇ ਬਸਦਾ ਬਸ ਕੀਨੀ ਸਭ ਰਾਜੇ। ਮੈਂ ਸੰਖੇਪ ਜਰਚ ਕੀਤੀ, ਉਹਨੂੰ ਮਾਂ ਸਾਹਮਣੇ ਆ ਗਈ ਜਦੋਂ ਟੀਚਰਾਂ ਦੀ ਦਾਲ ਨਾ ਗਲੀ। ਬਸਦਾ ਬਸ ਕੀਨੀ ਸਭ ਰਾਜੇ, ਬਿਨਤੀ ਕਰੇ ਪਟਰਾਨੀ, ਪੂਤ ਪ੍ਰਹਲਾਦ ਕਹਿਆ ਨੀ ਮਾਨੈ, ਤਿੰਨ ਤੋਂ ਔਰੈਠਾ ਨੀ। ਅਗਲੇ ਸ਼ਬਦ ਨੇ ਦੁਸ਼ਟ ਸਭਾ ਮਿਲ ਮੰਤਰ ਪੁਕਾਇਆ। ਵੈਸੇ ਮੰਤਰ ਦਾ ਅਰਥ ਹੁੰਦਾ ਸਲਾਹ ਮਤਾ। ਦੁਸ਼ਟ ਸਭਾ ਮਿਲ ਮੰਤਰ ਪੁਕਾਇਆ, ਕਰ ਸੈ ਔਦ ਕਨੇਰੀ, ਔਦ ਕਨੇਰੀ ਦਾ ਅਰਥ ਇਸ ਬੱਚੇ ਨੂੰ ਖਤਮ ਕਰ ਦੇ, ਗੇਰ। ਹੁਣ ਕਈ ਸੱਜਣ ਕਹਿੰਦੇ ਆ ਵੀ ਇਹ ਕਿਵੇਂ ਬਚ ਗਿਆ। ਮੈਂ ਇੱਕ ਬੇਨਤੀ ਕਰਾਂਗਾ, ਗੁਰਮੁਖੋ ਤੁਸੀਂ ਪੜ੍ਹਿਆ ਲਿਖਿਆ ਸ਼ਹਿਰ ਹੈ ਤੁਹਾਡਾ, ਅੱਜ ਅਸੀਂ ਕਹਿੰਦੇ ਹਾਂ ਧਰਮ ਨੂੰ ਤਰਕ ਦੀ ਕਸਵੱਟੀ ਤੇ ਪਰਖੋ। ਚੇਤੇ ਰੱਖਿਓ ਤਰਕ ਦੀ ਸੀਮਾ ਹੈ, ਤਰਕ ਇੱਕ ਚੀਜ਼ ਨੂੰ ਸਿੱਧ ਕਰ ਰਿਹਾ, ਕੱਲ ਨੂੰ ਖੰਡਨ ਕਰੇਗਾ, ਪਰ ਧਰਮ ਆਸਥਾ ਦਾ ਨਾਮ ਹੈ। ਧਰਮ ਤਰਕ ਦੀ ਨੀਂਹ ਉੱਤੇ ਕਦੀ ਵੀ ਨਹੀਂ ਖੜਾ ਹੋ ਸਕਦਾ। ਧਰਮ ਤਾਂ ਸੱਤ ਬਚਨ ਵਾਲਿਆਂ ਦਾ ਹੈ, ਜੋ ਕਹਿ ਦਿੱਤਾ ਗੁਰੂ ਨੇ ਸੱਤ ਬਚਨ। ਮੈਂ ਬੇਨਤੀ ਕਰਾਂਗਾ, ਕਦੀ ਅੱਜ ਤੋਂ ਪਹਿਲਾਂ, ਮੈਨੂੰ ਯਾਦ ਹੈ 25 ਸਾਲ ਪਹਿਲਾਂ ਜਦੋਂ ਕਿਸੇ ਨੂੰ ਬੁਖਾਰ ਚੜ੍ਹਨਾ ਤੇ ਕਹਿੰਦੇ ਸਨ ਇਹਦੇ ਉੱਤੇ ਕੱਪੜਾ ਦਿਓ, ਤੇ ਅੱਜ ਬੁਖਾਰ ਚੜ੍ਹੇ ਉਹ ਕਹਿੰਦੇ ਨਹੀਂ ਕੱਪੜਾ ਨਾ ਦਿਓ, ਇਹਦੇ ਉੱਤੇ ਬਰਫ਼ ਦੀਆਂ ਪੱਟੀਆਂ ਕਰੋ। ਤਰਕ ਕੱਟ ਗਿਆ ਉਸ ਚੀਜ਼ ਨੂੰ। ਦੇਖੋ ਜਿਉਂ ਜਿਉਂ ਖੇਜ ਖੋਜ ਹੋ ਰਹੀ, ਪਿਛਲੇ ਤਰਕ ਨੂੰ ਅਗਲਾ ਤਰਕ ਕੱਟ ਰਿਹਾ ਹੈ, ਪਰ ਜਿਹਨੂੰ ਤੁਸੀਂ ਮੱਥਾ ਟੇਕਦੇ ਹੋ ਨਾ, ਇਹ ਨਾਮ ਸਤਯੁਗ ਵਿੱਚ ਵੀ ਸੀ ਤੇ ਇਹ ਕਲਯੁਗ ਵਿੱਚ ਹੈ, ਇਹਨੂੰ ਤਰਕ ਨਾਲ ਕੋਈ ਨਹੀਂ ਕੱਟ ਸਕਦਾ। ਮੇਰੀ ਬੇਨਤੀ, ਹੁਣ ਇਹ ਸਵਾਲ ਉੱਠਿਆ ਵੀ ਇਹ ਬਚ ਕਿਵੇਂ ਗਿਆ। ਭਗਤ ਨਾਮਦੇਵ ਨੇ ਉੱਤਰ ਵੀ ਨਾਲ ਦਿੱਤਾ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈ ਔਦ ਕਨੇਰੀ, ਅਗਲੇ ਬਚਨ ਗੇਰ ਤਲ, ਗਿਰ ਤਰ ਜਲ ਜਵਾਲਾ ਭੈ ਰੱਖ। ਗਿਰ ਦਾ ਅਰਥ ਪਹਾੜ, ਤਰੂ ਦਾ ਅਰਥ ਬ੍ਰਿਕਸ਼, ਜਲ ਦਾ ਅਰਥ ਪਾਣੀ ਤੇ ਜਵਾਲਾ ਦਾ ਅਰਥ ਅੱਗ। ਹੁਣ ਕਿਵੇਂ ਬਚ ਗਿਆ? ਅਗਲੀ ਤੁਕਸੀ ਰਾਜਾ ਰਾਮ ਮਾਇਆ ਫੇਰੀ, ਇੱਥੇ ਮਾਇਆ ਫੇਰੀ ਦਾ ਅਰਥ ਹੈ ਜਿਨੇ ਤੱਤ ਪੈਦਾ ਕੀਤੇ ਉਹਨੇ ਤੱਤਾਂ ਦਾ ਸੁਭਾਅ ਹੀ ਤਬਦੀਲ ਕਰ ਦਿੱਤਾ।
ਹੁਣ ਬਣਾਉਣ ਵਾਲੇ ਦੀ ਮਰਜ਼ੀ ਉਹ ਸੁਭਾਅ ਤਬਦੀਲ ਕਰ ਦੇਵੇ। ਅੱਗ ਦਾ ਸੁਭਾਅ ਤਬਦੀਲ ਕਰ ਦਿੱਤਾ। ਰਾਜਾ ਰਾਮ ਮਾਇਆ ਫੇਰੀ, ਅੱਗੇ ਕਹਿੰਦੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਤੋਂ ਬਾਅਦ ਅੱਗੇ ਕਹਿੰਦੇ ਕਾਢ ਖੜਕ ਕਾਲ ਪਏ ਕੋਪਿਓ, ਮੋਏ ਬਤਾਓ ਜੋ ਤੋ ਰੱਖ ਹੈ, ਪੀਤ ਪਿਤੰਬਰ ਤਿਰ ਭਵਨ ਧਨੀ, ਥੰਮ ਮੈਂ ਹਰ ਪੱਖ ਹੈ। ਹੁਣ ਵੈਸੇ ਪ੍ਰਮਾਤਮਾ ਸਭ ਕੁਝ ਕਰ ਸਕਦੇ, ਉਹ ਚਾਹੇ ਤਾਂ ਉਂਝ ਹੀ ਸਵਾਸ ਕਰ ਲੈਂਦਾ। ਹੁਣ ਉੱਥੇ ਕੀ ਕੀਤਾ ਕਿ ਉਹਨੇ ਨੌਵਾਂ ਨਾਲੇ ਦੇ ਤਨ ਨੂੰ ਚੀਰ ਦਿੱਤਾ, ਸ਼ਸਤਰ ਵਰਤਿਆ ਪ੍ਰਮਾਤਮਾ ਨੇ। ਮਹਾਰਾਜ ਕਹਿੰਦੇ ਨੇ ਕਾਢ ਖੜਕ ਕਾਲ ਪੈ ਕੋਪਿਓ, ਮੋਹੇ ਬਤਾਓ ਜੋ ਤੋ ਰੱਖ ਹੈ, ਪੀਤ ਪਿਤੰਬਰ ਤਰ ਭਵਨ ਧਨੀ, ਥੰਮ ਮੈਂ ਹਰ ਪੱਖ ਹੈ, ਹਰ ਨਾਖਸ਼ ਜਿ ਨਖ ਹੈ ਬਿਦਾਰਿਓ ਸੁਰ ਨਰ ਕੀਏ ਸਨਥ। ਉਹਨੇ ਆਪਣੇ ਨੰਖੁਆਂ ਨਾਲ ਚੀਰ ਦਿੱਤਾ, ਖੋਲਕਾ ਸੜ ਗਈ, ਪ੍ਰਹਿਲਾਦ ਬਚ ਗਿਆ। ਕਹਾਣੀ ਸ਼ੁਰੂ ਹੋ ਗਈ ਖੋਲੀ ਦੀ, ਇਹ ਰੰਗ ਚੱਲੇ। ਹੁਣ ਜੋ ਕੁਝ ਹੁੰਦਾ ਸਮਾਜ ਵਿੱਚ ਮੈਂ ਉਧਰ ਜ਼ਿਆਦਾ ਧਿਆਨ ਨਹੀਂ ਦੇਣਾ, ਕਿਉਂਕਿ ਰੰਗ ਵੀ ਸੱਟੇ ਜਾਂਦੇ ਨੇ, ਪਾਣੀ ਵੀ ਸੱਟਿਆ ਜਾਂਦਾ, ਖਰੂਦ ਵੀ ਮਚਾਇਆ ਜਾਂਦਾ, ਲੱਠ ਖੋਲੀ ਵੀ ਖੇਡੀ ਜਾਂਦੀ ਹੈ, ਫਾਗ ਵੀ ਖੇਡੀ ਜਾਂਦੀ ਹੈ। ਪਰ ਮੇਰੇ ਗੁਰੂ ਨੇ ਸਭ ਕੁਝ ਤਬਦੀਲ ਕਰ ਦਿੱਤਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਹ ਜਿਹੜੇ ਖੋਲੀ ਵਾਲੇ ਦਿਨ ਕੱਪੜੇ ਪਾ ਕੇ ਤੁਰੇ ਹੋ, ਇਹ ਰੰਗ ਚੜ੍ਹਿਆ, ਇਹ ਉਤਰੇਗਾ, ਇਹ ਕੱਪੜੇ ਪਾਟਣਗੇ। ਆਓ ਹੋਲੀ ਵਾਲੇ ਦਿਨ ਇੱਕ ਕੰਮ ਕਰੋ, ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰੋ, ਇਹੋ ਜਿਹਾ ਰੰਗ ਚੜੇਗਾ, ਤਨ ਦਾ ਕੱਪੜਾ ਤਾਂ ਉਤਰ ਜਾਏਗਾ ਪਰ ਰੰਗ ਆਤਮਾ ਦੇ ਨਾਲ ਅੱਗੇ ਜਾਏ। ਸਤਿਗੁਰੂ ਨੇ ਫਰਮਾਇਆ ਗੁਰ ਸੇਵੋ ਕਰ ਨਮਸਕਾਰ, ਆਜ ਹਮਾਰੇ ਮੰਗਲ ਚਾਰ, ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ। ਅੱਗੇ ਖੋਲੀ ਰੰਗ ਸੱਟ ਕੇ ਨੀ, ਖੋਲੀ ਕੀਨੀ ਸੰਤ ਸੇਵ। ਅੱਜ ਦਾ ਦਿਨ ਖੋਲੀ ਦਾ, ਜਦੋਂ ਕੋਈ ਆਉਂਦਾ ਗੁਰਦੁਆਰੇ ਜਾ ਜੋੜੇ ਚਾੜ, ਇਹ ਤੇਰੀ ਖੋਲੀ ਖੇਡੀ ਗਈ। ਸੰਗਤ ਦੇ ਭਾਂਡੇ ਮਾਂ, ਤੇਰੀ ਖੋਲੀ ਖੇਡੀ ਗਈ। ਜਿੱਥੇ ਸੰਗਤ ਬੈਠਣਾ ਉੱਥੇ ਝਾੜੂ ਲਾ, ਹੋਲੀ ਖੇਡੀ ਗਈ। ਸੱਚ ਇਵੇਂ ਕਿ ਉਹ ਫਿਰ ਰੰਗ ਜਿਹੜਾ ਲੱਗੇਗਾ ਉਹ ਪਰਮਾਤਮਾ ਦਾ ਲੱਗੇਗਾ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦਇਲ। ਪਰ ਕਿਹੜਾ ਰੰਗ ਜਿਹੜਾ ਕਦੀ ਫਿੱਕਾ ਨਹੀਂ ਪੈਂਦਾ, ਜਿਹੜੇ ਰੰਗ ਨੂੰ ਦੇਖ ਕੇ ਪਰਮਾਤਮਾ ਖੁਸ਼ ਹੋ ਜਾਂਦੇ। ਮੈਂ ਬੇਨਤੀ ਕਰਾਂਗਾ, ਗੁਰੂ ਗੋਬਿੰਦ ਸਿੰਘ ਦਾ ਵੇਲਾ ਹੈ, ਜੋ ਹੋਲਾ ਮਹੱਲਾ ਆਪਾਂ ਮਨਾਉਂਦੇ ਹਾਂ, ਹਰ ਥਾਂ ਤੇ ਮਨਾਇਆ ਜਾਂਦਾ, ਇਹ ਸਿੱਖਾਂ ਦਾ ਤਿਉਹਾਰ ਹੈ ਹੋਲਾ ਮਹੱਲਾ। ਸਤਿਗੁਰੂ ਨੇ ਦੇਖਿਆ ਕਿ ਸੱਚ ਦੀ ਜਿੱਤ ਹੋਈ ਪ੍ਰਹਿਲਾਦ ਦੀ, ਪਰ ਲੋਕੀ ਸੱਚ ਨੂੰ ਸਮਝਣ ਦੀ ਥਾਂ ਤੇ ਖਰੂਦ ਪਾਉਣ ਲੱਗ ਪਏ। ਗੁਰੂ ਗੋਬਿੰਦ ਸਿੰਘ ਜੀ ਨੇ ਖੋਲੀ ਖੇਡੀ। ਖੋਲੀ ਵਿੱਚ ਦੋ ਤਰ੍ਹਾਂ ਦਾ ਰੰਗ ਅਸੀਂ ਯੂਜ ਕਰਨੇ, ਇੱਕ ਲਿਕਵਿਡ ਤੇ ਇੱਕ ਸੁੱਕਾ, ਇੱਕ ਰੰਗ ਘੁਲਿਆ ਹੋਇਆ, ਇੱਕ ਗੁਲਾਬ। ਭਾਈ ਸਾਹਿਬ ਕਹਿੰਦੇ ਨੇ ਖੋਲੀ ਵਾਲਾ ਦਿਨ ਆ ਗਿਆ। ਭਾਈ ਨੰਦ ਲਾਲ ਜੀ, ਮੈਂ ਦੋ ਸ਼ੇਰ ਸਿਰਫ ਫਾਰਸੀ ਦੇ ਸਾਂਝੇ ਕਰਾਂਗਾ। ਹੋਲੀ ਵਾਲਾ ਵਡਭਾਗਾ ਦਿਨ ਮੈਂ ਤਾਂ ਵਰਤ ਰਿਹਾ ਜਿੱਦਣ ਰੰਗ ਲੱਗਦਾ। ਗੁਰੂ ਗੋਬਿੰਦ ਸਿੰਘ ਅੱਜ ਬਾਹਰ ਆਏ, ਕਹਿੰਦੇ ਨੇ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਇੱਕ ਪਿਚਕਾਰੀ ਹੈ, ਉਹ ਪਿਚਕਾਰੀ ਚ ਜਿਹੜਾ ਰੰਗ ਭਰਿਆ ਉਹ ਜ਼ਾਫਰਾਨੀ ਹੈ, ਕੇਸਰੀ ਰੰਗ ਭਰਿਆ, ਤੇ ਕੇਸਰੀ ਰੰਗ ਜਿੱਤ ਦਾ ਰੰਗ ਹੈ, ਕੇਸਰੀ ਰੰਗ ਸੂਰਮੇ ਦਾ ਰੰਗ ਹੈ। ਕਹਿੰਦੇ ਨੇ ਮੇਰੇ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਜਿਹੜੀ ਪਿਚਕਾਰੀ ਹੈ ਉਹਦੇ ਵਿੱਚ ਜ਼ਾਫਰਾਨੀ ਰੰਗ ਹੈ। ਪਰ ਕਹਿੰਦੇ ਨੇ ਭਲਿਓ ਇਹ ਪਿਚਕਾਰੀ ਬਾਹਰ ਦੀ ਨਹੀਂ, ਇਸ ਵਿੱਚ ਉਹ ਨਾਮ ਦਾ ਰੰਗ ਭਰਿਆ ਹੈ ਜਿਹਦੇ ਉੱਤੇ ਇਹਦੇ ਛਿੱਟੇ ਪੈ ਜਾਣ, ਉਹ ਜ਼ਿੰਦਗੀ ਦੇ ਸੰਗਰਾਮ ਚ ਕਦੀ ਹਾਰਦਾ ਨਹੀਂ। ਅਗਲੀ ਗੱਲ ਕਿ ਬੇਰੰਗ ਲੋਕ ਆਏ ਨੇ ਅੱਜ, ਦੂਰ ਦੂਰ ਤੱਕ ਸੰਗਤ ਖਲੋਤੀ, ਅੰਦਰ ਰੰਗੇ ਨਹੀਂ ਹੋਏ। ਸੱਚ ਇਹ ਵੇ ਕੋਰੇ ਰੰਗ ਨੇ, ਕੋਰਾ ਹੈ ਰੰਗ ਚੜਿਆ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਪਿਚਕਾਰੀ ਭਰਦੇ ਨੇ ਤੇ ਪੂਰੇ ਜ਼ੋਰ ਨਾਲ ਜਦੋਂ ਆਪਣੀ ਰਹਿਮਤ ਦੀ ਪਿਚਕਾਰੀ ਬਖੇਰਦੇ ਨੇ, ਜਿੱਥੋਂ ਤੱਕ ਨਜ਼ਰ ਜਾਂਦੀ ਹੈ ਕੋਰੇ ਵੀ ਜਿਹੜੇ ਨੇ ਉਹ ਗੁਰੂ ਨਾਮ ਵਿੱਚ ਰੰਗ ਦਿੰਦਾ। ਭਾਈ ਨੰਦ ਲਾਲ ਸਾਹਿਬ ਨੇ ਦ੍ਰਿਸ਼ ਦੇਖਿਆ, ਉਹਨਾਂ ਨੇ ਸ਼ਬਦ ਕਿਹਾ ਜ਼ਹਿ ਪਿਚਕਾਰੀਏ। ਜ਼ਹਿ ਫਾਰਸੀ ਵਿੱਚ ਕਹਿੰਦੇ ਨੇ ਵਾਹ ਗੁਰੂ ਗੋਬਿੰਦ ਸਿੰਘ, ਵਾਹ ਤੇਰੀ ਪਿਚਕਾਰੀ, ਇੱਥੇ ਬਖਸ਼ਿਸ਼ ਕਿਰਪਾ ਨਦਰ। ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ, ਕੇਸਰੀ ਰੰਗ ਵਿੱਚ ਭਰੀ ਹੋਈ ਤੇਰੀ ਪਿਚਕਾਰੀ। ਜ਼ਹਿ ਪਿਚਕਾਰੀਏ ਪੁਰ ਜ਼ਾਫਰਾਨੀ ਕੇ ਹਰ ਬੇਰੰਗ ਰਾ, ਬੇਰੰਗ ਦਾ ਅਰਥ ਹੈ ਜਿਹੜਾ ਰੰਗੀ ਨਹੀਂ ਵਿਚਾਰਾ, ਕੋਰਾ ਪੇ। ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ, ਬੂ ਦਾ ਅਰਥ ਸਮੈਲ ਬਦਬੋ ਨਹੀਂ। ਗੁਰੂ ਗੋਬਿੰਦ ਸਿੰਘ ਨੇ ਜਿਹਦੇ ਸੀਨੇ ਉੱਤੇ ਨਾਮ ਦੀ ਪਿਚਕਾਰੀ ਮਾਰ ਦਿੱਤੀ, ਸੱਚ ਐਵੇਂ ਉਹਦਾ ਬੇਰੰਗ ਰੰਗਿਆ ਗਿਆ, ਉਹਦੇ ਤਨ ਦੇ ਨੇੜੇ ਜਾਓ ਤੇ ਨਾਮ ਦੀ ਸੁਗੰਧੀ ਆਉਂਦੀ ਪਈ। ਇਹ ਹੈ ਖੋਲੀ।
ਅਗਲਾ ਸ਼ਬਦ ਵਰਤਿਆ, ਕਹਿੰਦੇ ਲੋਕ ਗੁਲਾਲ ਉਡਾਉਂਦੇ, ਹੱਥਾਂ ਚ ਪਕੜ ਕੇ ਉਡਾਇਆ ਜਾਂਦਾ। ਕਹਿੰਦੇ ਨੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਦੇਖੋ, ਭਾਈ ਨੰਦ ਲਾਲ ਸਾਹਿਬ ਕਹਿੰਦੇ ਤੁਸੀਂ ਗੁਲਾਲ ਉਡਾਉਂਦੇ ਹੋ, 5-7 ਫੁੱਟ ਤੱਕ ਜਾਏਗਾ, 10 ਫੁੱਟ ਤੱਕ ਚਲਾ ਜਾਏਗਾ, ਪਰ ਜਦੋਂ ਮੇਰਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੱਥ ਵਿੱਚ ਗੁਲਾਲ ਪਕੜਦਾ, ਕਹਿੰਦਾ ਇੱਕ ਵਾਰੀ ਮੁੱਠੀ ਖੋਲੀ ਤੇ ਗੁਲਾਲ ਉੱਡਿਆ, ਜਿੱਥੇ ਗੁਰੂ ਗੋਬਿੰਦ ਸਿੰਘ ਖਲੋਤਾ ਅਸਮਾਨ ਵੀ ਨਾਮ ਵਿੱਚ ਰੰਗਿਆ ਗਿਆ ਤੇ ਧਰਤੀ ਵੀ ਨਾਮ ਵਿੱਚ ਰੰਗੀ। ਆਹ ਹੈ ਗੁਰੂ ਗੋਬਿੰਦ ਸਿੰਘ ਦੀ ਖੋਲੀ। ਦੂਸਰਾ ਸ਼ੇਰ ਹੈ ਕਿ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ, ਗੁਲਾਲ ਅਫਸਾਨੀਏ ਅਜ ਦਸਤੇ ਮੁਬਾਰਕ, ਦਸਤੇਦਾਰ ਤੇ ਹੁੰਦਾ ਹੱਥ, ਮੁਬਾਰਕਦਾਰ ਤੇ ਚੰਗਾ ਸ਼ੋਭਾ ਵਾਲਾ। ਮੇਰੇ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਚ ਗੁਲਾਲ ਹੈ ਬੰਦਗੀ ਦਾ, ਕਿਉਂਕਿ ਆਪਾਂ ਇਹ ਗੱਲ ਧਿਆਨ ਚ ਰੱਖੀਓ, ਭਾਈ ਨੰਦ ਲਾਲ ਸਾਹਿਬ ਦੀ ਨਜ਼ਰ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖੋ। ਉਹ ਕਹਿੰਦੇ ਨੇ ਲੋਕ ਨਾਮ ਮੰਗਦੇ ਨੇ, ਕਹਿੰਦੇ ਨੇ ਮੈਂ ਤਾਂ ਗੁਰੂ ਗੋਬਿੰਦ ਸਿੰਘ ਦੇ ਚਰਨ ਪਕੜਦਾ ਵਾਂ, ਕਿਉਂਕਿ ਨਾਮ ਦੇ ਖਜ਼ਾਨੇ ਦੀ ਚਾਬੀ ਰੱਬ ਨੇ ਗੁਰੂ ਗੋਬਿੰਦ ਸਿੰਘ ਨੂੰ ਦੇ ਦਿੱਤੀ। ਹੱਕ ਰਾਹ ਗੰਜੂਰ, ਗੰਜੂਰ ਮੀਨਜ ਖਜ਼ਾਨਚੀ, ਗੰਜ ਦਾ ਅਰਥ ਹੈ ਖਜ਼ਾਨਾ, ਤੇ ਗੰਜੂਰ ਦਾ ਅਰਥ ਹੈ ਖਜ਼ਾਨੇ ਦਾ ਮਾਲਕ, ਜਿਹਦੇ ਕੋਲ ਚਾਬੀ ਏ। ਗੁਰੂ ਗੋਬਿੰਦ ਸਿੰਘ ਕੋਲ ਰੂਹਾਨੀਅਤ ਦੀ ਖਜ਼ਾਨੀ ਚਾਬੀ। ਗੁਲਾਲ ਅਫਸਾਨੀਏ ਅਜ ਦਸਤੇ ਮੁਬਾਰਕ, ਜ਼ਮੀਨੋ ਆਸਮਾਰਾ ਸੁਰ ਕੁਰੂ ਕਰਦ, ਗੁਰੂ ਗੋਬਿੰਦ ਸਿੰਘ ਦੇ ਹੱਥ ਚੋਂ ਨਿਕਲੇ ਗੁਲਾਲ ਨੇ ਅਸਮਾਨ ਤੇ ਧਰਤੀ ਨੂੰ ਰੰਗ ਦਿੱਤਾ। ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਸਿੱਖੋ ਚੇਤੇ ਰੱਖੋ, ਜੇ ਜ਼ਾਲਮ ਦਾ ਮੂੰਹ ਮੋੜਨਾ ਹੈ ਤੇ ਤੁਹਾਡੇ ਹੱਥ ਵਿੱਚ ਸ਼ਸਤਰ ਹੋਣਾ ਅਤ ਜ਼ਰੂਰੀ ਹੈ, ਪਰ ਸ਼ਸਤਰ ਤੋਂ ਪਹਿਲਾਂ ਤੇਰੇ ਕੋਲ ਸ਼ਾਸਤਰ ਹੋਵੇ। ਯਾਦ ਰੱਖਿਓ, ਜਿਸ ਹੱਥ ਵਿੱਚ ਸ਼ਸਤਰ ਹੋਵੇ, ਜੇ ਉਹਦੇ ਹਿਰਦੇ ਵਿੱਚ ਸ਼ਬਦ ਨਹੀਂ ਤੇ ਉਹ ਸ਼ਸਤਰ ਜ਼ੁਲਮ ਦੀ ਹਨੇਰੀ ਪੈਦਾ ਕਰੇਗਾ, ਤੇ ਜਿਹਦੇ ਅੰਦਰ ਗੁਰੂ ਦਾ ਸ਼ਬਦ ਹੈ ਉਹਦੇ ਹੱਥ ਵਿੱਚ ਪਕੜੀ ਕੋਈ ਤੇਗ ਵੀ ਲੋਕਾਂ ਦਾ ਭਲਾ ਕਰੀ ਜਾਏ। ਇਹ ਕਿਸੇ ਇੱਕ ਵਾਰੀ ਪੁੱਛਿਆ ਸੀ ਕਿ ਸ਼ਸਤਰ ਤਾਂ ਸ਼ਸਤਰ ਹੀ ਹੁੰਦਾ, ਤੇ ਮੈਂ ਇੱਕੋ ਬੇਨਤੀ ਕੀਤੀ ਸੀ, ਲੁਟੇਰੇ ਦੇ ਹੱਥ ਵਿੱਚ ਪਕੜਿਆ ਹੋਇਆ ਚਾਕੂ ਲੋਕਾਂ ਦੇ ਪੇਟ ਪਾੜਦਾ, ਤੇ ਡਾਕਟਰ ਦੇ ਹੱਥ ਵਿੱਚ ਪਕੜਿਆ ਹੋਇਆ ਚਾਕੂ ਲੋਕਾਂ ਦੀ ਸਰਜਰੀ ਕਰਦਾ। ਕੱਟਦੇ ਦੋਨੋਂ ਖੋਲਾ ਤੇ ਮਹੱਲਾ ਦੋ ਸ਼ਬਦ ਨੇ, ਮਿੰਟ ਸਿਰ ਮੇਰੇ ਤਿੰਨ ਰਹਿ ਗਏ। ਖੋਲਾ ਮਹੱਲਾ ਇਹਦਾ ਅਰਥ ਹੈ ਖਮਲਾ ਅਤੇ ਹਮਲੇ ਵਾਲੀ ਥਾਂ, ਹਮਲਾ ਅਤੇ ਹਮਲੇ ਦੀ ਜਾਏ ਥਾਂ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕਿਰਪਾ ਕੀਤੀ ਕਮਜ਼ੋਰੀ ਦੂਰ ਕਰਨ ਦੇ ਲਈ, ਸ਼ਬਦ ਦੀ ਕਿਰਪਾ ਹੈ। ਸਿੱਖ ਸ਼ਸਤਰ ਨੂੰ ਕਿਵੇਂ ਪਿਆਰ ਕਰੇ, ਫਿਰ ਸ਼ਬਦ ਧਿਆਨ ਨਾਲ ਸੁਣਿਓ, ਬੰਦਗੀ ਤੋਂ ਬਿਨਾਂ ਸ਼ਸਤਰ ਨੂੰ ਸਵੀਕਾਰ ਨਹੀਂ ਜੇ ਕੀਤਾ ਗਿਆ। ਸਾਡੇ ਲੋਕ ਇਸ ਗੱਲ ਨੂੰ ਕਈ ਵਾਰੀ ਸਵੀਕਾਰਨ ਨੂੰ ਤਿਆਰ ਨਹੀਂ ਹੁੰਦੇ, ਨਾ ਕਿਉਂਕਿ ਅਸੀਂ ਇਮੋਸ਼ਨਲ ਹੁੰਦੇ। ਜਿਸ ਥਾਂ ਤੇ ਬੰਦਗੀ ਚਲੀ ਜਾਏਗੀ, ਸਿਮਰਨ ਨਹੀਂ ਰਹੇਗਾ, ਉਹ ਸ਼ਸਤਰ ਫਿਰ ਜ਼ਾਲਮ ਦਾ ਹੱਥ ਬਣ ਜਾਂਦਾ, ਉਹ ਸਿੱਖ ਦਾ ਹੱਥ ਨਹੀਂ ਬਣਦਾ। ਸਤਿਗੁਰੂ ਨੇ ਇਸ ਦਿਨ ਇਹ ਮਹੱਲਾ ਕੱਢਣਾ ਸ਼ੁਰੂ ਕੀਤਾ ਜੀ। ਇੱਕ ਥਾਂ ਮੁਕਰਰ ਕਰਦੇ ਸਨ, ਉਹ ਸੀ ਜਗ੍ਹਾ, ਦੋ ਜਥੇ ਬਣਾਉਣੇ, ਇੱਕ ਨੇ ਹਮਲਾ ਕਰਨਾ ਤੇ ਦੂਸਰੇ ਨੇ ਰੋਕਣਾ। ਇਹਨੂੰ ਸ਼ਬਦ ਵਰਤ ਲਈਏ ਮੁਸਨਈ ਜੰਗ ਜਾਂ ਬਨਾਵਟੀ ਜੰਗ, ਦਾ ਰਿਹਰਸਲ ਸ਼ਬਦ ਸੌਖਾ ਰਹੇਗਾ। ਇਹ ਸ਼ਸਤਰਾਂ ਦਾ ਮਹਾਰਾਜ ਜੀ ਨੇ ਅਭਿਆਸ ਕਰਾਉਣਾ, ਇੱਕ ਨੇ ਵਾਰ ਕਰਨਾ, ਦੂਜੇ ਨੇ ਰੋਕਣਾ, ਜਿਨ੍ਹਾਂ ਨੇ ਜਿੱਤ ਜਾਣਾ ਉਹਨੂੰ ਆਨੰਦ ਦੇਣਾ। ਮੇਰੇ ਸਤਿਗੁਰੂ ਦੀ ਜਦੋਂ ਅਸੀਂ ਬਾਣੀ ਪੜ੍ਹਨੇ, ਤੁਸੀਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਚ ਬਹੁਤ ਸ਼ਬਦ ਰੱਬ ਨੂੰ ਸ਼ਸਤਰਾਂ ਦੇ ਨਾਵਾਂ ਨਾਲ ਪੁਕਾਰੇ, ਸ੍ਰੀ ਅਸਤੁਜ, ਅਸਪਾਨ, ਖੜਗ ਕੇਤ, ਇਹ ਸਾਰੇ ਅਸੀਂ ਪੜ੍ਹਨੇ। ਖੜਗ ਕੇਤ ਮੈਂ ਸ਼ਰਨ ਤਿਆਰੀ, ਸ੍ਰੀ ਅਸਤੁਜਾ ਭੈ ਦਿਆਲਾ, ਅਸਤੁਜ ਦਾ ਅਰਥ ਵੀ ਸ਼ਸਤਰ, ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਅਸੀਂ ਪੜ੍ਹਨੇ। ਸੱਚ ਇਵੇਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਦੇਖਿਆ ਵੀ ਬੰਦੇ ਦੇ ਅੰਦਰ ਕਮਜ਼ੋਰੀ ਨਾ ਆਵੇ, ਸ਼ਸਤਰਾਂ ਦਾ ਅਭਿਆਸ ਕਰਾਉਂਦਿਆਂ ਹੋਇਆਂ ਕਿਹਾ, ਇਹ ਮੋਰ ਆ ਗਿਆ, ਸੁਣੋ ਇਹ ਪਿਆਰੇ, ਬਿਨਾਂ ਕੇਸ ਤੇਗਿੰਗ ਦੇਹੋ ਨਾ ਦਿਦਾਰੇ, ਬਿਨਾਂ ਸ਼ਸਤਰੰ ਕੇਸੰਗ ਨਰੰਗ ਭੇਡ ਜਾਨੋ, ਗਏ ਕਾਨ ਤਾਂ ਕੋ ਕਿਤੇ ਲੈ ਸਿਧਾਨੋ। ਇਹ ਮੋਰ ਆ ਗਿਆ, ਸੁਣੋ ਗੇ ਪਿਆਰੇ, ਤੇ ਸ਼ਸਤਰਾਂ ਨੂੰ ਇੰਨਾ ਪਿਆਰ ਕੀਤਾ ਕਿ ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰਤੀਰ, ਸਹਿਬ ਸਰੋਹੀ ਸਹਿਥੀ ਜੈ ਹਮਾਰੇ ਪੀਰ। ਇਹਨੂੰ ਥੋੜਾ ਜਿਹਾ ਸਮਝਣ ਦੀ ਲੋੜ ਹੈ, ਤਰਕ ਦੀ ਇੱਥੇ ਗੁੰਜਾਇਸ਼ ਨਹੀਂ। ਦੇਖੋ ਜੀ, ਸ਼ਸਤਰ ਨੂੰ ਕਹਿ ਦਿੱਤਾ ਯੇ ਹਮਾਰੇ ਪੀਰ, ਇੱਥੇ ਤਾਂ ਇੱਕ ਓਂਕਾਰ ਨੂੰ ਜਪਿਆ ਜਾਂਦਾ, ਇਹਨੂੰ ਸਮਝੋ। ਹੁਣ ਗੁਰਬਾਣੀ ਚ ਇੱਕ ਸ਼ਬਦ ਆਉਂਦਾ ਮੁਰਾਰੀ, ਉਹਦਾ ਅਰਥ ਕ੍ਰਿਸ਼ਨ ਜੀ ਹੈ ਨਾ, ਮੁਰ ਦੈਂਤ ਨੂੰ ਮਾਰਨ ਵਾਲੇ।
ਬਾਣੀ ਚ ਇੱਕ ਸ਼ਬਦ ਹੁੰਦਾ ਦਮੋਦਰ, ਜਿਹਦੇ ਉਧਰ ਦੇ ਦੁਆਲੇ ਤੜਾਗੀ ਹੈ। ਤੜਾਗੀ ਸ਼ਬਦ ਮਾਈਆਂ ਸਮਝਦੀਆਂ ਹੋਣਗੀਆਂ ਪੁਰਾਤਨ, ਕਿ ਬੱਚੇ ਦੇ ਲੱਕ ਤੋਂ ਥੱਲੇ ਜਿਹੜਾ ਧਾਗਾ ਬਣਿਆ ਜਾਂਦਾ ਸੀ। ਦਮੋਦਰ ਜਿਹਦੇ ਉਧਰ ਦੇ ਦੁਆਲੇ ਤੜਾਗੀ, ਗੋਪਾਲ ਜਾਂ ਗੋਵਰਧਨ, ਸਾਵਲ ਸੁੰਦਰ, ਸਾਵਲ ਦਾ ਅਰਥ ਕੀ ਹੈ, ਸਾਵਲਾ ਕਾਲੇ ਰੰਗ ਵਾਲਾ। ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਜਿਹੜੇ ਨਾਮ ਦੇਵ ਨਾਮ ਸਨ ਉਹ ਇੱਕ ਓਂਕਾਰ ਲਈ ਜੋੜ ਦਿੱਤੇ। ਲੋਕ ਸ਼ਸਤਰ ਪਕੜਦੇ ਸਨ ਕੇਵਲ ਲੜਨ ਲਈ, ਗੁਰੂ ਨੇ ਸ਼ਸਤਰਾਂ ਦੇ ਨਾਮ ਵੀ ਰੱਬ ਦੇ ਨਾਲ ਜੋੜ ਦਿੱਤੇ। ਤਾਂ ਹੀ ਸ਼ਬਦ ਕਿਹਾ ਕਿ ਖਗ ਖੰਡ ਬਿਖੰਡੰ, ਖਲ ਦਲ ਖੰਡੰ, ਅਤਰਨ ਮੰਡੰ ਬਰ ਬੰਡੰ, ਪੁਜ ਦੰਡ ਅਖੰਡੰ, ਤੇਜ ਪ੍ਰਚੰਡੰ, ਜੋਤ ਅਮੰਡੰਗ, ਭਾਨ ਪ੍ਰਭੰਗ, ਸੁਖ ਸੰਤਾਂ ਕਰਨੰਗ, ਦੁਰਮਤ ਦਰਨੰਗ। ਦੇਖੋ ਇੱਥੇ ਇੱਕੋ ਦਮ ਬਦਲ ਦਿੱਤਾ, ਸੰਤਾਂ ਨੂੰ ਸੁਖ ਦੇਣ ਵਾਲਾ, ਦੁਰਮਤ ਨੂੰ ਤਰਨ ਵਾਲਾ। ਕਹਿਣ ਲੱਗੇ ਸ਼ਸਤਰ ਕੇਵਲ ਕਿਰਪਾਨ ਨਹੀਂ, ਤੂੰ ਕਿਰਪਾਨ ਨੂੰ ਇਸ ਤਰ੍ਹਾਂ ਚੁੱਕ ਜਿਵੇਂ ਰੱਬ ਦਾ ਨਾਮ ਹੈ। ਸੁਖ ਸੰਤਾਂ ਕਰਨੰਗ, ਦੁਰਮਤ ਦਰਨੰਗ, ਕਿਲਵਿਕ ਹਰਨੰਗ, ਅਸਰਨੰਗ, ਜੈ ਜੈ ਜਾ ਕਾਰਨ ਸ੍ਰਿਸ਼ਟ ਉਭਾਰਨ। ਸ੍ਰਿਸ਼ਟ ਉਭਾਰਨ ਵਾਲਾ ਤਾਂ ਕਰਤਾ ਹੈ ਨਾ। ਦੇਖੋ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਇਹਦਾ ਮਤਲਬ ਸੀ ਸਿੱਖ ਸ਼ਸਤਰ ਪਕੜੇ, ਤੈਨੂੰ ਸ਼ਸਤਰ ਵਿੱਚੋਂ ਵੀ ਰੱਬ ਦੀ ਯਾਦ ਆ। ਜੈ 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 ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ ਜੈ ਤੇ ਗੰਗ। ਧੰਨ ਗੁਰੂ ਗੋਬਿੰਦ ਸਿੰਘ ਨੇ ਸ਼ਸਤਰਾਂ ਦਾ ਅਭਿਆਸ ਕਰਾਇਆ, ਕੱਲਾ ਕਰਾਇਆ ਨਹੀਂ, ਲੋਕ ਰੰਗਾਂ ਦੀ ਖੋਲੀ ਖੇਡਦੇ ਸਨ, ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੇ ਖੂਨ ਦੀ ਖੋਲੀ ਖੇਡੀ। ਮੈਂ ਅਖੀਰ ਤੇ ਸਮਾਪਤੀ ਕਰਨ ਲੱਗਾ, ਸ਼ਸਤਰਧਾਰੀ ਬਣਾਇਆ। ਆ ਜਿਹੜਾ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ ਨਾ, ਹੈ ਕਾਵਿ, ਪਰ ਅਸੀਂ ਵਾਰਤਕ ਚ ਪੜ੍ਹਨੇ। ਧਿਆਨ ਦਿਆ ਜੇ, ਆ ਬਾਣੀ ਵੀ ਸਾਰੀ ਕਾਵਿ ਹੈ, ਪਰ ਪੜ੍ਹਦੇ ਤਾਂ ਅਸੀਂ ਵਾਰਤਕ ਚ ਆ ਨਾ, ਅਸੀਂ ਕਵਿਤਾ ਨੂੰ ਵਾਰਤਕ ਬਣਾਇਆ ਹੋਇਆ। ਹੁਣ ਜਿਹੜਾ ਜਾਪ ਸਾਹਿਬ, ਇਹਦੇ 22 ਛੰਦ ਨੇ, ਉਂਝ ਵੈਸੇ ਮੇਨ ਛੰਦ 10 ਹੀ ਨੇ, ਬਾਕੀ ਵਾਰ ਵਾਰ ਆਉਂਦੇ ਨੇ, ਛਪੈ ਛੰਦ, ਭੁਜੰਗ ਪ੍ਰਿਆਤ ਛੰਦ, ਚਾਚਰੀ ਛੰਦ, ਚਰਪੜ ਛੰਦ, ਰਵਾਲ ਛੰਦ, ਮਧ ਪਾਰ ਛੰਦ, ਇਹ ਅਸੀਂ ਸਾਰੇ ਪੜ੍ਹਨੇ। ਭਗਵਤੀ ਛੰਦ, ਰਸਾਵਲ ਛੰਦ, ਏਕ ਅੱਛਰੀ ਛੰਦ, ਹਰ ਬੋਲ ਮਨਾ ਛੰਦ, 10 ਛੰਦ ਨੇ, ਪਰ ਇਹ 22 ਵਾਰ ਆਏ ਨੇ। ਹੁਣ ਭੁਜੰਗ ਪ੍ਰਿਆਤ ਛੰਦ ਕੀ ਹੈ? ਉਹ ਛੰਦ ਜਿਹਦੀ ਚਾਲ ਸੱਪ ਵਰਗੀ, ਕਦੀ ਨੀਵਾਂ ਕਦੀ ਉੱਚਾ। ਮਧ ਪਾਰ ਛੰਦ ਕੀ ਹੈ? ਖਾਲੀ ਘੋੜੇ ਨੂੰ ਤੋਰੋ ਤੇ ਉਹਦੇ ਪੈਰਾਂ ਦੇ ਟਾਪਾਂ ਦੀ ਆਵਾਜ਼ ਲੈ ਕੁਝ ਹੋਰ ਏ, ਉਹਦੀ ਪਿੱਠ ਉੱਤੇ ਮੱਧ ਭਾਰ ਰੱਖ ਦਿਓ ਤੇ ਉਹਦੇ ਪੈਰਾਂ ਦੀ ਆਵਾਜ਼ ਕੁਝ ਹੋਰ ਹੋ ਜਾਂਦੀ। ਹੁਣ ਇਹ ਜਿਹੜੀ ਬਾਣੀ ਸੀ ਨਾ, ਇਹ ਸ਼ਸਤਰ ਅਭਿਆਸੀਆਂ ਵਾਸਤੇ ਸੀ। ਸੱਚ ਇਵੇਂ ਸਿੱਖ ਦੇ ਹੱਥ 'ਤੇ ਸ਼ਸਤਰ ਹੋਵੇ ਤੇ ਸ਼ਸਤਰ ਪਕੜਦਾ ਹੋਇਆ ਵੀ ਕਹੇ ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਕੀ ਇਹ ਬਾਣੀ ਪੜ੍ਹਦੇ ਦਾ ਸ਼ਸਤਰ ਕਿਸੇ ਤੇ ਜ਼ੁਲਮ ਕਰੇਗਾ? ਨਹੀਂ, ਜ਼ੁਲਮ ਨੂੰ ਰੋਕੇਗਾ। ਮੈਂ ਸਿਰਫ ਇੱਕੋ ਉਦਾਹਰਣ ਦੇਣ ਲੱਗਾ, ਦੇਖੋ ਸ਼ਸਤਰਾਂ ਨੂੰ ਮੁਹੱਬਤ ਕਿੰਨੀ ਕਰਦੇ। ਦੇਖੋ ਬੇਨਤੀ, ਜਿੱਥੇ ਤੁਸੀਂ ਤਖ਼ਤ ਤੇ ਜਾਓਗੇ ਨਾ, ਤਖ਼ਤ ਤੇ ਹਮੇਸ਼ਾ ਸ਼ਸਤਰ ਉੱਚਾ ਹੋਵੇਗਾ। ਹੁਣ ਇਸ ਅਸੀਂ ਕਹਿ ਦੀ ਥੱਲੇ ਲਾ ਦਿਓ ਜੀ, ਅੱਜ ਕੱਲ੍ਹ ਕਹਿੰਦੇ ਆ ਲੋਕੀ ਕੇਸਗੜ ਸਾਹਿਬ ਸ਼ਸਤਰ ਅੰਦਰ ਉੱਚੇ ਨੇ, ਹਜ਼ੂਰ ਸਾਹਿਬ ਸ਼ਸਤਰ ਉੱਚੇ ਨੇ, ਇਸ ਤਰ੍ਹਾਂ ਅਸੀਂ ਦੇਖਣੇ ਪਏ ਉਸੇ ਥਾਵਾਂ ਤੇ ਸ਼ਸਤਰ ਉੱਚੇ ਰੱਖੇ ਹੋਏ। ਮੇਰੇ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਤਖ਼ਤ ਤਾਂ ਹੀ ਮਿਲਦੇ ਨੇ ਜੇ ਸ਼ਸਤਰ ਹੱਥ ਵਿੱਚ ਹੋਣ, ਤੇ ਚੇਤੇ ਰੱਖਿਓ ਤਖ਼ਤ ਬਚਦੇ ਵੀ ਤਾਂ ਨੇ ਜੇ ਉੱਥੇ ਸ਼ਸਤਰ ਪਏ ਹੋਣ। ਹਰਿਮੰਦਰ ਸਾਹਿਬ ਸ਼ਸਤਰ ਕੋਈ ਨਹੀਂ, ਸਿਰਫ ਇੱਕੋ ਕਿਰਪਾਨ ਹੈ, ਹਾਲਾਂਕਿ ਉਹ ਵੀ ਕਿਰਪਾਨ ਮਿਆਨ ਦੇ ਵਿੱਚ ਹੈ। ਸਿੰਘ ਸਾਹਿਬ ਸ਼ਸਤਰ ਅੰਦਰ ਲੈ ਕੇ ਨਹੀਂ ਕੋਈ ਜਾ ਸਕਦਾ ਦੂਸਰਾ, ਤਖ਼ਤ ਤੇ ਜਾਓ ਉੱਥੇ ਸ਼ਸਤਰ ਹੈ। ਪਰ ਸਤਿਗੁਰੂ ਨੇ ਸਾਡੇ ਤੇ ਕਿਰਪਾ ਕੀਤੀ, ਮਾਤਾ ਸਾਹਿਬ ਕੌਰ ਜੀ ਨੂੰ ਕੀ ਦਿੱਤਾ ਜੀ ਜਦੋਂ ਦਿੱਲੀ ਆਏ? ਇਹੀ ਕਿਹਾ ਸੀ ਨਾ, ਮੇਰੇ ਸ਼ਸਤਰ 5 ਲੈ ਜਾ, ਮੇਰੇ ਦਰਸ਼ਨ ਕਰਨੇ ਨੇ, ਬਸ ਇਹਦੇ ਦਰਸ਼ਨ ਕਰ। ਕਿੰਨਾ ਕੋ ਪਿਆਰ ਹੋਵੇਗਾ ਸ਼ਸਤਰਾਂ ਦਾ। ਹਜ਼ੂਰ ਪੁੱਤਰ ਨੂੰ ਤਿਆਰ ਕਰਦੇ ਨੇ, ਮੈਂ ਇੱਕੋ ਦ੍ਰਿਸ਼ ਤੁਹਾਨੂੰ ਦੱਸਣ ਲੱਗਾ। ਵੱਡਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ, ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਬਾਬਾ ਜੁਝਾਰ ਸਿੰਘ ਸਿਰਫ ਖੋਲਾ ਮੱਲਾ ਕੀ ਹੋ ਜਾਏ, ਇਹ ਕੱਲਾ ਬਨੌਟੀ ਜੰਗ ਨਹੀਂ ਸੀ, ਲੋਕ ਰੰਗ ਦੀਆਂ ਖੋਲੀਆਂ ਖੇਡਦੇ ਰਹੇ ਤੇ ਸੋਨੇ ਦੀ ਚਿੜੀਆ ਗੁਲਾਮ ਕਰਕੇ ਰੱਖ ਦਿੱਤੀ। ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਨੂੰ ਖੂਨ ਦੀ ਖੋਲੀ ਸਿਖਾਈ, ਹਿੰਦੁਸਤਾਨ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀ। ਹਜ਼ੂਰ ਦਾ ਪੁੱਤਰ ਬਾਬਾ ਜੁਝਾਰ ਸਿੰਘ ਸਾਹਮਣੇ ਆਏ, ਗੁਰੂ ਗੋਬਿੰਦ ਸਿੰਘ ਪੁੱਤ ਨੂੰ ਦੇਖਦੇ, ਧਿਆਨ ਨਾਲ ਸੁਣਿਆ, ਆਪਣੇ ਕਮਰ ਕੱਸੇ ਚੋਂ ਖੰਜਰ ਕੱਢਿਆ, ਪੁੱਤਰ ਦੇ ਕਮਰ ਕੱਸੇ ਚ ਲਾ ਦਿੱਤਾ ਬਾਬਾ ਜੁਝਾਰ ਸਿੰਘ, ਭੱਥਾ ਲਿਆ
ਤੀਰਾਂ ਨਾਲ ਭਰ ਦਿੱਤਾ, ਸਤਿਗੁਰੂ ਨੇ ਵਰਸ਼ਾਂ ਪਕੜਾਇਆ, ਗਾਤਰੇ ਕਿਰਪਾਨ ਸਜਾ ਦਿੱਤੀ ਤੇ ਤੁਰ ਲੱਗਿਆ ਜਿਹੜੇ ਸ਼ਬਦ ਕਹਿ ਲੱਗੇ, ਬੇਟਾ ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਬੇਟਾ ਹਮ ਦੇਤੇ ਹੈ ਖੰਜਰ ਇਸੇ ਸ਼ਮਸ਼ੀਰ ਸਮਝਣਾ, ਨੇਜ਼ੋਂ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ। ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੇਰੀ ਜਾਨ ਮੂੰਹ ਸੇ ਕਭੀ ਨਹੀਂ ਉਚਰਨਾ। ਪੁੱਤਰ ਨੂੰ ਸ਼ਸਤਰ ਦਿੱਤੇ, ਦੇਖੋ ਕੱਲੇ ਚਲਾਉਣ ਵਾਸਤੇ ਨਹੀਂ, ਯਾਦ ਰੱਖਿਓ ਸਿੱਖ ਸ਼ਸਤਰ ਚਲਾਉਂਦਾ ਵੀ ਹੈ ਤੇ ਸਿੱਖ ਸ਼ਸਤਰ ਖਾਂਦਾ ਵੀ ਹੈ। ਜੱਸਾ ਸਿੰਘਾਲੋ ਵਾਲੀਆ ਵੱਡੇ ਘੱਲੂ ਘਰ ਚ 19 ਫੱਟ ਲੱਗੇ ਸਰਦਾਰ ਨੂੰ, ਖੂਨ ਨਾਲ ਭਿੱਜਾ ਪਿਆ, ਪਰ ਫਿਰ ਵੀ ਉਹਦੇ ਹੱਥ ਸ਼ਸਤਰ ਸੀ। ਬੇਨਤੀ ਕਰਾਂ, ਪੁੱਤਰ ਨੂੰ ਕਿਹਾ, ਬੇਟਾ ਇੱਕ ਕੰਮ ਕਰ, ਤੈਨੂੰ ਸ਼ਸਤਰਾਂ ਨਾਲ ਸ਼ਿੰਗਾਰ ਕੇ ਤੋਰਨ ਲੱਗਾ, ਪਰ ਸੂਰਮਿਆਂ ਦੀ ਖੁਰਾਕ ਸ਼ਸਤਰ ਹੁੰਦੇ ਨੇ, ਜਦੋਂ ਤੇਰੇ ਸੀਨੇ ਵਿੱਚ ਬਰਸ਼ੀ ਲਾ ਕੇ ਤੇਰੀਆਂ ਆਂਦਰਾਂ ਬਾਹਰ ਕੱਢੇ, ਮੇਰੀਆਂ ਅੱਖਾਂ ਦੇਖਦੀਆਂ ਹੋਣਗੀਆਂ, ਮੈਂ ਤੈਨੂੰ ਸ਼ਹੀਦ ਹੁੰਦਾ ਦੇਖਣਾ ਚਾਹੁੰਦਾ। ਕੋਈ ਦੁਨੀਆਂ ਵਿੱਚ ਐਸਾ ਮੁਰਸ਼ਦ ਹੈ? ਬੇਨਤੀ ਕਰਿਓ, ਬਕਰੀਦ ਹੈ ਜਿੱਦਣ ਆਉਂਦੀ, ਕਿਸੇ ਦੇ ਧਰਮ ਤੇ ਮੈਂ ਤਰਕ ਨਹੀਂ ਕਰਦਾ, ਬਕਰੀਦ ਤਾਂ ਬਣੀ ਕਿ ਪੁੱਤ ਦੀ ਥਾਂ ਤੇ ਬੱਕਰਾ ਹਲਾਲ ਕੀਤਾ, ਜਦੋਂ ਚਮਕੌਰ ਆਉਂਦੀ ਉਹਦੇ ਬੱਕਰੇ ਨਹੀਂ ਉਦੋਂ ਪੁੱਤ ਸ਼ਹੀਦ ਹੁੰਦੇ। ਸ਼ਬਦ ਵਰਤਿਆ ਬੇਟਾ ਕਿ ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਵੇ ਦੇਖੇ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਵੇ ਦੇਖੇ। ਸਤਿਗੁਰੂ ਨੇ ਹੋਲੀ ਤੋਂ ਹੋਲਾ ਮਹੱਲਾ ਬਣਾ ਦਿੱਤਾ, ਸਿੱਖ ਨਾਮ ਦੇ ਰੰਗ ਚ ਰੰਗਿਆ ਜਾਏ, ਰੰਗੇ ਹੋਏ ਦੇ ਹੱਥ ਵਿੱਚ ਸ਼ਸਤਰ ਆਵੇ, ਉਹ ਸ਼ਸਤਰ ਫਿਰ ਮਾਨਵਤਾ ਦਾ ਭਲਾ ਕਰਦਾ, ਜ਼ਾਲਮ ਦਾ ਟਾਕਰਾ ਕਰਦਾ। ਸਭ ਦਾ ਧੰਨਵਾਦ, ਮੇਰੇ ਤੋਂ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਕਿਰਪਾ ਕਰਕੇ ਬਖਸ਼ ਦੇਣੀਆਂ, ਪਰ ਮੈਂ ਇੱਕ ਜ਼ਰੂਰ ਬੇਨਤੀ ਕਰਾਂਗਾ, ਸਿੱਖ ਦਾ ਸ਼ਸਤਰ ਡਰਾਂਦਾ ਨਹੀਂ। ਜਿਹੜਾ ਸ਼ਸਤਰ ਪਕੜ ਕੇ ਦਬਕੇ ਮਾਰਦਾ ਨਾ ਸਿੱਖ ਬਣ ਕੇ, ਮੈਂ ਸੋਚਣਾ ਵੀ ਇਹਨੂੰ ਗੁਰੂ ਗੋਬਿੰਦ ਸਿੰਘ ਦੇ ਸਿਧਾਂਤ ਦਾ ਪਤਾ ਨਹੀਂ। ਸਿੱਖ ਦਾ ਸ਼ਸਤਰ ਡਰਿਆ ਹੋਇਆਂ ਉੱਤੇ ਛਾਂ ਕਰਦਾ ਹੈ, ਇਹ ਡਿੱਗਿਆ ਹੋਇਆਂ ਨੂੰ ਚੁੱਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ, ਕਿਰਪਾ ਕਰਨ ਸਾਨੂੰ ਸਮਤ ਬਖਸ਼ਣ। ਸਮੂਹ ਸੇਵਕ ਜਥੇ ਦਾ ਧੰਨਵਾਦ ਜੀ, ਤੇ ਮੈਂ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਵੱਡੇ ਵੀਰ, ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਕਿਉਂਕਿ ਮੈਂ ਲੁਧਿਆਣੇ ਤੋਂ ਕਥਾ ਕਰਕੇ 2 ਵਜੇ ਚੱਲਿਆ, 1 ਦੀਵਾਨ ਦੀ ਕਾਲਕਾ ਜੀ ਹਾਜ਼ਰੀ ਭਰ ਕੇ, ਹੁਣ ਭਾਈ ਸਾਹਿਬ ਨੇ ਟਾਈਮ ਪਹਿਲਾਂ ਦੇ ਦਿੱਤਾ, ਇਹਨਾਂ ਦਾ ਸ਼ੁਕਰ ਗੁਜ਼ਾਰ ਹਾਂ ਜੀ। ਇਸ ਵਿੱਚ ਸਾਡੀ ਲਾਈਨ ਚ ਟਾਈਮ ਦਿੰਦਾ ਕੋਈ ਨਹੀਂ ਜੀ, ਉਹ ਸਾਰਿਆਂ ਦੀ ਨਾਲ ਹੀ ਤਿਆਰ ਹੁੰਦਾ ਜਹਾਜ਼, ਨਾਮ ਹੀ ਜਾਣਾ ਹੋਵੇ ਤਾਂ ਵੀ ਕਹਿੰਦੇ ਏਅਰਪੋਰਟ ਤੇ ਚੱਲਾਂ, ਮੇਰੇ ਲਈ ਗੱਡੀ ਖਲੋਤੀ। ਕਈ ਵਾਰੀ ਟਾਈਮ ਹੁੰਦਾ ਨੀ ਸ਼ਤਾਬਦੀ ਦਾ, ਕਈ ਜਾਂਦਾ ਮੇਰੀ ਸ਼ਤਾਬਦੀ ਨਿਕਲ ਜਾਣੀ, ਤੇ ਮੈਂ ਸੋਚਣਾ ਰਾਤ ਨੂੰ 10 ਵਜੇ ਸ਼ਤਾਬਦੀ ਕਿਹੜੀ ਚੱਲਣੀ, ਪਤਾ ਕੋਈ ਨੀ। ਉਹ ਇਸ ਕਰਕੇ ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।